ਇੱਕ ਘਰ ਦੇ ਵਿੱਚ ਜਿਹੜੀ ਥਾਂ ਤੁਹਾਡੇ ਸਿਹਤ ਨੂੰ ਠੀਕ ਰੱਖਦੀ ਹੈ ਨਾ ਉਹ ਬਾਥਰੂਮ ਹੁੰਦਾ ਹੈ ਅੰਡਾ ਖਾਣ ਦੇ ਨਾਲ ਬੱਚੇ ਦੀ ਸਿਹਤ ਠੀਕ ਰਹੇਗੀ ਬਿਮਾਰ ਨਹੀਂ ਪਏਗਾ ਇਹਦੇ ਵਿੱਚ ਜਿਹੜੀਆਂ ਗਲਤੀਆਂ ਰਹਿ ਗਈਆਂ ਉਹ ਮੈਂ ਚੰਡੀਗੜ੍ਹ ਮਕਾਨ ਪਾਇਆ ਸੀ ਉਹਦੇ ਵਿੱਚ ਦੂਰ ਕੀਤੀਆਂ ਮਕਾਨ ਪਾਉਣ ਪਰ ਦੋ ਤਿੰਨ ਸਾਵਧਾਨੀਆਂ ਵਰਤਣ ਦੀ ਲੋੜ ਹੈ ਜਿਹੜਾ ਮਕਾਨ ਕਰਜ਼ਾ ਲੈ ਕੇ ਪਾਇਆ ਜਾਂਦਾ ਉਹ ਮਕਾਨ ਵਿਕ ਜਾਂਦਾ ਉਹ ਵੇਚਣਾ ਪੈ ਜਾਂਦਾ ਕਿਉਂਕਿ ਉਹ ਕਰਜ਼ਾ ਉਤਾਰਿਆ ਨਹੀਂ ਜਾਂਦਾ ਭੈੜੀਆਂ ਆਪ ਤਾਂ ਮਹਿੰਗੀਆਂ ਹੁੰਦੀਆਂ ਚੰਗੀਆਂ ਆਪਾਂ ਕਦੇ ਵੀ ਮਹਿੰਗੀਆਂ ਨਹੀਂ ਹੁੰਦੀਆਂ ਹੁੰਦੀਆਂ ਮੇਰੇ ਇੱਕ ਰਿਸ਼ਤੇਦਾਰ ਨੇ ਮੈਨੂੰ ਪੁੱਛਿਆ ਕਿ ਮੈਂ ਮਕਾਨ ਪਾਉਣਾ ਤੁਸੀਂ ਮੇਰੀ ਕੀ ਮਦਦ ਕਰੋਗੇ ਮੈਂ ਕਿਹਾ ਤੁਸੀਂ ਜਿੰਨੀ ਕੀਤੀ ਹੈ ਪੰਜ ਗੁਣਾ ਕਰਾਂਗਾ ਹਾਂ ਕਹਿੰਦਾ ਮੈਂ ਤਾਂ ਕੀਤੀ ਨਹੀਂ ਫਿਰ ਮੈਂ ਕਰ ਦਿੰਦਾ ਤੇ ਮਕਾਨ ਆਪਣਾ 40 ਸਾਲ ਦੀ 45 ਸਾਲ ਦੀ ਉਮਰ 40 45 ਦੇ ਵਿੱਚ ਪਾਲਣਾ ਚਾਹੀਦਾ ਤੇ ਆਰਕੀਟੈਕਟ ਤੋਂ ਨਕਸ਼ਾ ਬਣਵਾ ਕੇ ਪਾਉਣਾ ਚਾਹੀਦਾ ਆਪਣੇ ਆਪ ਨੂੰ ਸਿਆਣਾ ਨਾ ਸਮਝੋ ਤੁਹਾਡੀਆਂ ਚੀਜ਼ਾਂ ਜਿਹੜੀਆਂ ਐ ਤੁਹਾਡੇ ਵਰਤੋਂ ਵਿੱਚ ਆਉਂਦੀਆਂ ਤੁਹਾਡੀ ਐਫੀਸ਼ੀਐਂਸੀ ਵਧ ਜਾਂਦੀ ਹੈ। ਕਈ ਵਾਰ ਇਹ ਲੋਕ ਮੈਨੂੰ ਪੁੱਛਦੇ ਆ ਪ੍ਰੋਫੈਸਰ ਸੀ ਮੈਨੂੰ ਯੂਨੀਵਰਸਿਟੀ ਕਿ ਅਸੀਂ ਪੜ੍ਹਿਆ ਕਿਵੇਂ? ਉਹਨਾਂ ਨੂੰ ਮੈਂ ਕਹਿੰਦਾ ਸੀ ਇੱਕ ਤਾਂ ਤੁਹਾਡਾ ਆਪਣਾ ਕਮਰਾ ਹੋਣਾ ਚਾਹੀਦਾ। ਜੇ ਕਮਰਾ ਨਹੀਂ ਤਾਂ ਕਮਰੇ ਦੀ ਕੋਈ ਨੁੱਕਰ ਹੋਣੀ ਚਾਹੀਦੀ ਆ। ਉਸ ਨੁੱਕਰ ਦੇ ਵਿੱਚ ਇੱਕ ਟੇਬਲ ਹੋਣਾ ਚਾਹੀਦਾ। ਉਸ ਟੇਬਲ ਤੇ ਕੁਝ ਕਿਤਾਬਾਂ ਰੱਖੋ। ਕੁਰਸੀ ਹੋਣੀ ਚਾਹੀਦੀ ਐ। ਕੁਰਸੀ ਤੇ ਬੈਠ ਕੇ ਪੜ੍ਹਨਾ ਹੈਗਾ। ਤੇ ਕੀ ਕਰਨਾ ਹੈਗਾ ਜੋ ਕੁਝ ਵੀ ਤੁਸੀਂ ਕਰਨਾ ਜੋ ਚੀਜ਼ਾਂ ਤੁਹਾਨੂੰ ਲੋੜ ਹੈ ਨਾ ਉਹ ਤੁਹਾਡੇ ਕੋਲ ਹੋਣੀਆਂ ਚਾਹੀਦੀਆਂ ਸਟੈਪਲਰ ਹੈ ਮਿਸਾਲ ਦੇ ਤੌਰ ਤੇ ਮੈਂ ਕੋਈ ਕਾਗਜ਼ ਲੈ ਰਿਹਾ ਹਾਂ ਉਹ ਸਟੈਪਲ ਕਰਨਾ ਹੈ ਮੇਰੇ ਕੋਲ ਸਟੈਪਲਰ ਪਿਆ ਹੈ ਮੇਰੇ ਕੋਲ ਕੈਲਕੂਲੇਟਰ ਪਿਆ ਹੈ ਸਾਰੀਆਂ ਚੀਜ਼ਾਂ ਜੋ ਲੋੜ ਪੈ ਸਕਦੇ ਹਨ ਨਾ ਉਹ ਕੋਲ ਹੋਣ ਤੇ ਜੇਕਰ ਤੁਹਾਡਾ ਆਪਣਾ ਕਮਰਾ ਹੋਵੇ ਉਹ ਸਾਰੀਆਂ ਚੀਜ਼ਾਂ ਉਵੇਂ ਹੀ ਹੋਣਗੀਆਂ ਜਿਵੇਂ ਉਸ ਔਰਤ ਵਾਸਤੇ ਰਸੋਈ ਦੀ ਲੋਹਣ ਦਾਣੀ ਸੀ ਉਹ ਝਟ ਉਸ ਨੂੰ ਪਤਾ ਲੱਗ ਗਿਆ ਵੀ ਇੱਥੇ ਪਈ ਹੈਗੀ ਆ ਉਸਨੇ ਉਹ ਵਰਤੀ ਇਹ ਗੱਲਾਂ ਜਿਹੜੀਆਂ ਇੱਕ ਘਰ ਦੇ ਵਿੱਚ ਜਿਹੜੀ ਥਾਂ ਤੁਹਾਡੀ ਸਿਹਤ ਨੂੰ ਠੀਕ ਰੱਖਦੀ ਹੈ ਨਾ ਉਹ ਬਾਥਰੂਮ ਹੁੰਦਾ ਹੈ ਹਾਂਜੀ ਬਾਥਰੂਮ ਤੁਹਾਡੀਆਂ ਆਦਤਾਂ ਅਨੁਸਾਰ ਹੋਣਾ ਚਾਹੀਦਾ ਹੁਣ ਮੈਂ ਆਪਣੀ ਉਮਰ ਮੈਂ ਨਲਕੇ ਲਵਾਏ ਥੋੜੇ ਹੇਠਾਂ ਹੋਏ ਹੈਗੇ ਤਾਂ ਕਿ ਉਹ ਮੈਂ ਜੇਕਰ ਬੈਠ ਜਾਵਾਂ ਤਾਂ ਉਹ ਉਹਨਾਂ ਨੂੰ ਖੋਲ ਸਕਾਂ ਉਹਨਾਂ ਨੂੰ ਬੰਦ ਕਰ ਸਕਾਂ ਹਰ ਵਾਰੀ ਮੈਨੂੰ ਉੱਠਣਾ ਨਾ ਪਵੇ ਜੇ ਇਸ ਤੋਂ ਇਲਾਵਾ ਜਿਹੜੀ ਚੀਜ਼ ਇੰਪੋਰਟੈਂਟ ਹੈ ਉਹ ਰਸੋਈ ਹੈ ਹਾਂਜੀ ਰਸੋਈ ਜਿਹੜੀ ਹੈ ਉਹ ਘਰ ਦੀ ਸੈਂਟਰਲ ਪਲੇਸ ਹੈ ਸਿਆਣੀ ਔਰਤ ਜਿਹੜੀ ਹੈ ਨਾ ਉਹ ਬੱਚਿਆਂ ਦੀਆਂ ਲੋੜਾਂ ਨੂੰ ਧਿਆਨ ਚ ਰੱਖ ਕੇ ਉਹਨਾਂ ਵਾਸਤੇ ਚੀਜ਼ਾਂ ਪਹਿਲਾਂ ਹੀ ਬਣਾ ਲੈਂਦੀ ਹੈ ਮੈਂ ਇੱਕ ਵਾਰੀ ਆਪਣੇ ਜ਼ਿੰਦਗੀ ਚ ਇਹ ਕੀਤਾ ਪਏ ਹਰ ਬੱਚੇ ਨੂੰ ਨਾ ਬਚਪਨ ਤੋਂ ਹੀ ਇੱਕ ਅੰਡਾ ਜ਼ਰੂਰ ਮਿਲਣਾ ਚਾਹੀਦਾ ਉਹ ਉਹਨਾਂ ਨੂੰ ਮਿਲਦਾ ਸੀ ਕੋਈ ਫਰੂਟ ਵੀ ਮਿਲਣਾ ਚਾਹੀਦਾ ਵਗੈਰਾ ਵਗੈਰਾ ਅੰਡਾ ਖਾਣ ਦੇ ਨਾਲ ਬੱਚੇ ਦੀ ਸਿਹਤ ਠੀਕ ਰਹੇਗੀ ਬਿਮਾਰ ਨਹੀਂ ਪਏਗਾ ਔਰ ਚੜ੍ਹਦੀ ਕਲਾ ਦੇ ਵਿੱਚ ਰਹੇਗਾ ਤੇ ਇੱਕ ਸੀ ਉਹ ਅੰਡਾ ਨਹੀਂ ਸੀ ਪਸੰਦ ਉਹਨੂੰ ਉਹਦੇ ਵਾਸਤੇ ਮੇਰੀ ਵਾਈਫ ਜਿਹੜੀ ਸੀ ਨਾ ਹਲਵਾ ਬਣਾ ਦਿੰਦੀ ਸੀ ਤੇ ਹਲਵੇ ਦੇ ਵਿੱਚ ਅੰਡੇ ਪਾ ਦਿੰਦੀ ਸੀ ਉਹ ਅੰਡੇ ਪੈਣ ਦਾ ਹਲਵਾ ਬੜਾ ਸੌਫਟ ਹੋ ਜਾਂਦਾ ਸੀਗਾ ਉਹ ਜਾਰੇ ਸਵਾਦ ਵੀ ਹੋ ਜਾਂਦਾ ਸੀ ਉਹ ਖਾ ਜਾਂਦਾ ਸੀ ਉਹ ਤੇ ਹੌਲੀ ਹੌਲੀ ਉਸ ਨੇ ਫਿਰ ਅੰਡਾ ਵੀ ਖਾਣਾ ਜਿਹੜਾ ਸੀ ਉਹ ਸ਼ੁਰੂ ਕਰ ਲਿਆ ਅੰਡਾ ਵੀ ਦੁਨੀਆ ਦੇ ਵਿੱਚ ਨਾ ਤਿੰਨ ਰੂਪ ਹੈਗੇ ਆਂ ਅੰਗਰੇਜ਼ਾਂ ਨੇ ਅੰਡਾ ਉਬਾਲਣਾ ਸਿਖਾਇਆ ਦੁਨੀਆ ਨੂੰ ਉਬਾਲ ਕੇ ਖਾਣਾ ਓਮਲੇਟ ਜਿਹੜਾ ਵਰਲਡ ਹੈ ਨਾ ਇਹ ਫ੍ਰੈਂਚ ਲੈਂਗੁਏਜ ਦਾ ਹੈ ਐਟ ਜਿਹੜਾ ਨਾ ਜਿਹਦੇ ਨਾਲ ਐਟ ਲੱਗਦਾ ਨਾ ਉਹ ਫ੍ਰੈਂਚ ਵਰਡ ਹੈ ਸਿਗਰੇਟ ਇਹ ਫ੍ਰੈਂਚ ਵਰਡ ਹੈ ਆਮਲੇਟ ਇਹ ਹੈ ਫ੍ਰੈਂਚ ਵਰਡ ਹੈ ਆਮਲੇਟ ਜਿਹੜਾ ਸੀ ਉਹ ਫ੍ਰਾਂਸੀਸੀਆ ਨੇ ਸਿਖਾਇਆ ਦੁਨੀਆ ਨੂੰ ਤੇ ਪੁਰਜੀ ਜਿਹੜੀ ਆ ਉਹ ਹਿੰਦੁਸਤਾਨੀਆਂ ਨੇ ਪੁਰਜੀ ਨੂੰ ਪਪੂਲਰ ਕਰਨ ਦਾ ਕੰਮ ਟਾਬਿਆਂ ਨੇ ਕੀਤਾ ਤੇ ਫਿਰ ਇਹ ਘਰਾਂ ਚ ਬਣਨ ਲੱਗ ਪਈ ਤੇ ਇਸ ਨੂੰ ਸਾਰੇ ਪਸੰਦ ਕਰਦੇ ਹੈਗੇ ਆ ਇਸ ਨਾਲ ਅਮ ਇਹ ਯੋਨਾ ਦਾ ਪੋਜਨਾ ਹੈ ਮਿਸਾਲ ਦੇ ਤੌਰ ਤੇ ਜੇ ਕੁਝ ਹੋਰ ਨਾ ਹੋਵੇ ਤਾਂ ਤੁਹਾਡੇ ਕੋਲ ਅੰਡੇ ਹੋਣੇ ਚਾਹੀਦੇ ਆ ਬ੍ਰੈਡ ਹੋਣੇ ਚਾਹੀਦੇ ਆ ਉਹ ਨਾਲ ਪੁਰਜੀ ਬਣ ਜਾਂਦੀ ਹੈ ਓਮਲੇਟ ਬਣ ਜਾਂਦਾ ਤੇ ਬੜਾ ਚੰਗਾ ਨਾਸ਼ਤਾ ਜਿਹੜਾ ਨਾ ਉਹ ਹੋ ਜਾਂਦਾ ਜਿਹੜੇ ਲੋਕ ਇਕੱਲੇ ਰਹਿੰਦੇ ਹੈਗੇ ਆ ਉਹਨਾਂ ਵਾਸਤੇ ਅੰਡਾ ਜਿਹੜਾ ਨਾ ਉਹ ਇੱਕ ਉਹਨਾਂ ਦਾ ਸਾਥ ਹੀ ਬਣ ਜਾਂਦਾ ਹੈ ਇਹ ਟਰੈਵਲਰਸ ਦਾ ਖਾਣਾ ਹੈਗਾ ਮਤਲਬ ਕਿ ਪੀਪਲ ਓਨ ਦੀ ਰਨ ਜਿਹੜੇ ਕਾਲ ਵਿੱਚ ਹੁੰਦੇ ਆ ਉਹ ਕਿਵੇਂ ਕੰਮ ਚਲਾਉਂਦੇ ਹੈਗੇ ਸੋ ਘਰ ਦੇ ਵਿੱਚ ਡਾਈਨਿੰਗ ਟੇਬਲ ਹੋਣਾ ਚਾਹੀਦਾ ਤੇ ਡਾਈਨਿੰਗ ਟੇਬਲ ਇਹ ਨਹੀਂ ਹੋਣਾ ਚਾਹੀਦਾ ਇਕੱਠੇ ਬੈਠ ਕੇ ਭੋਜਨ ਕਰਨ ਦੀ ਆਦਤ ਵੀ ਹੋਣੀ ਚਾਹੀਦੀ ਮੈਂ ਕਿਸੇ ਖੁਸ਼ਹਾਲ ਪਰਿਵਾਰ ਦੀ ਮੇਰੇ ਮਾਇਨੇ ਚ ਜਿਹੜੀ ਨਿਸ਼ਾਨੀ ਹੈ ਨਾ ਉਹ ਇਹ ਹੈਗੀ ਹੈ ਕਿ ਉਹ ਰਲ ਕੇ ਬ੍ਰੈਕਫਾਸਟ ਕਰਨ ਰਲ ਕੇ ਬ੍ਰੈਕਫਾਸਟ ਕਰਨ ਦੇ ਨਾਲ ਕੀ ਹੁੰਦਾ ਇੱਕ ਤਾਂ ਟਾਈਮ ਬਚਦਾ ਹੈ ਇੱਕ ਲੇਡੀ ਜਿਹੜੀ ਹੈਗੀ ਆ ਉਹ ਨੌਕਰਾਨੀ ਵਾਂਗੂ ਨਹੀਂ ਚੀਜ਼ਾਂ ਰੱਖੀ ਜਾਂਦੇ ਉਹ ਇੱਕ ਤੇ ਉਹ ਇੱਕ ਟਾਈਮ ਹੁੰਦਾ ਜਦੋਂ ਬੱਚੇ ਜਿਹੜੇ ਹਨ ਆਪਣੇ ਸੰਸਾਰ ਦੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਇਹ ਬੜਾ ਜ਼ਰੂਰੀ ਹੈ ਬਹੁਤੇ ਘਰਾਂ ਦੇ ਵਿੱਚ ਬੱਚੇ ਮਾਪਿਆਂ ਨਾਲ ਕਮਿਊਨੀਕੇਟ ਹੀ ਨਹੀਂ ਕਰਦੇ ਹੈਗੇ ਤੇ ਤੁਸੀਂ ਜੇਕਰ ਬੱਚੇ ਨੂੰ ਕੋਈ ਸਮੱਸਿਆ ਪੁੱਛੋ ਤਾਂ ਉਹ ਬੜੇ ਬਿਹਾਨ ਨਾਲ ਬੜੇ ਧਿਆਨ ਨਾਲ ਦੱਸੇਗਾ ਤੇ ਉਹ ਦੱਸੇਗਾ ਕਿ ਉਸ ਨੇ ਉਹ ਸਮੱਸਿਆ ਜਿਹੜੀ ਸੀ ਕਿਵੇਂ ਹੱਲ ਕੀਤੀ ਇੱਕ ਮੇਰੇ ਮਾਈਂਡ ਵਿੱਚ ਸੀ ਬਚਪਨ ਦੇ ਵਿੱਚ ਹੀ ਕਿ ਮੈਂ ਗਰੀਬੀ ਵੀ ਬੜੀ ਮਹਿਸੂਸ ਕੀਤੀ ਦੇਖੀ ਉਹਦੇ ਵਿੱਚ ਲੰਘਿਆ ਤੇ ਮੈਨੂੰ ਗਰੀਬੀ ਵਿੱਚੋਂ ਨਿਕਲਣ ਦਾ ਜਿਹੜਾ ਬਲ ਸੀ ਨਾ ਉਹ ਅੰਗਰੇਜ਼ੀ ਪਾਸ਼ਾ ਨੇ ਦਿੱਤਾ ਮੈਂ ਯੂਨੀਵਰਸਿਟੀ ਦੇ ਵਿੱਚ ਐਮਏ ਅੰਗਰੇਜ਼ੀ ਕੀਤੀ ਅੰਗਰੇਜ਼ੀ ਦਾ ਮੈਂ ਕਾਲਜ ਦਾ ਉਹ ਸਰ ਬਣਿਆ ਥੇ ਸੰਗਰੂਰ ਦੇ ਵਿੱਚ ਤੇ ਇੱਥੇ ਬੈਠ ਕੇ ਮੈਂ ਸਵੇਰੇ ਉਹਨਾਂ ਨੂੰ ਪੌਣਾ ਘੰਟਾ ਜਿੰਨਾ ਟਾਈਮ ਉਹਨਾਂ ਦੇ ਸਕੂਲ ਦੇ ਵਿੱਚ ਪੀਰੀਅਡ ਦਾ ਹੁੰਦਾ ਸੀ ਉਹ ਪੜਾਉਂਦਾ ਹੁੰਦਾ ਸੀਗਾ ਉਹਨਾਂ ਨੂੰ ਮੈਂ ਅਖਬਾਰ ਦੇ ਵਿੱਚੋਂ ਜਿਹੜਾ ਸੀ ਨਾ ਗੋਲਦਾਰੇ ਲਾ ਕੇ ਦਿੰਦਾ ਹੁੰਦਾ ਸੀ ਵੀ ਇਹਨਾਂ ਦੇ ਅਰਥ ਜਿਹੜੇ ਹਨ ਤੁਸੀਂ ਲੱਭ ਕੇ ਉਹਦੇ ਵਾਕ ਬਣਾਓ ਤੇ ਜਿਹੜਾ ਠੀਕ ਵਾਕ ਬਣਾ ਲੈਂਦਾ ਸੀ ਮੈਂ ਉਹਨਾਂ ਨੂੰ 1 ਰੁਪਿਆ ਇੱਕ ਵਾਕ ਦਾ ਦਿੰਦਾ ਹੁੰਦਾ ਸੀਗਾ ਵਾਰਡ ਦਾ 10-15 ਹੀ ਹੁੰਦੇ ਸੀਗੇ ਪਰੰਤੂ ਜਿਹੜਾ ਮੇਰੀ ਆਸ ਨਾਲੋਂ ਵਧੇਰੇ ਚੰਗਾ ਵਾਕ ਬਣਾ ਲਾਂਦੇ ਉਹਦੇ ਮੈਂ ਉਹਨਾਂ ਨੂੰ 5 ਰੁਪਏ ਇਨਾਮ ਦਿੰਦਾ ਸੀ ਉਹਦਾ ਕੀ ਹੁੰਦਾ ਸੀ ਕਿ ਰੁਪਏ ਤਾਂ ਸਾਰੇ 3-400 ਹੀ ਖਰਚ ਹੁੰਦੇ ਸੀ ਪਰੰਤੂ ਉਹ ਭੱਜ-ਭੱਜ ਕੇ ਆਉਂਦੇ ਸੀਗੇ ਉਹ ਬੜੇ ਸ਼ੌਕ ਨਾਲ ਆਉਂਦੇ ਸੀਗੇ ਕਿਉਂਕਿ ਉਹਨਾਂ ਦੀ ਕਮਾਈ ਦਾ ਟੰਗ ਸੀ ਉਸ ਵੇਲੇ ਉਹਨਾਂ ਦੇ ਸਕੂਲ ਦੇ ਵਿੱਚ ਸਮੋਸੇ ਬੜੇ ਪਪੂਲਰ ਸੀ ਤੇ ਮੇਰਾ ਛੋਟਾ ਲੜਕਾ ਜਿਹੜਾ ਸੀ ਉਹ ਤਾਂ ਕਈ ਵਾਰ ਇਹ ਕਹਿਆ ਵੀ ਕਰਦਾ ਸੀ ਕਹਿੰਦਾ ਮੈਂ ਵੱਡਾ ਹੋ ਕੇ ਸਮੋਸੇ ਵੇਚਾਂਗਾ ਉਹ ਇਹ ਬਣਾ ਦਿੰਦਾ ਸੀ ਸੋ ਇਸ ਤਰ੍ਹਾਂ ਉਹ ਬੜਾ ਅੱਛਾ ਟਾਈਮ ਸੀ ਬੱਚਿਆਂ ਨੂੰ ਤਿਆਰ ਕਰਨਾ ਉਹਨਾਂ ਦਾ ਸਵੇਰੇ ਜਿਹੜਾ ਹੈ ਨਾਸ਼ਤਾ ਰਲ ਕੇ ਕਰਨਾ ਇੱਕ ਵਾਰੀ ਜ਼ਰੂਰ ਦਿਨ ਦੇ ਵਿੱਚ ਸਾਰੇ ਪਰਿਵਾਰ ਨੂੰ ਰਲ ਕੇ ਭੋਜਨ ਕਰਨਾ ਚਾਹੀਦਾ ਤੇ ਜੇਕਰ ਦੁਪਹਿਰ ਵੇਲੇ ਸੰਭਵ ਨਹੀਂ ਹੈ ਤਾਂ ਉਹ ਰਾਤ ਵੇਲੇ ਜ਼ਰੂਰ ਇੱਕ ਟਾਈਮ ਤੇ ਕਰਕੇ ਕਰਨਾ ਚਾਹੀਦਾ ਉਸ ਤੋਂ ਬਾਅਦ ਘੰਟਾ ਡੇਢ ਘੰਟਾ ਹੋਣਾ ਚਾਹੀਦਾ ਉਹਦੇ ਵਿੱਚ ਤੁਸੀਂ ਆਪਣੇ ਕਮਰੇ ਦੇ ਵਿੱਚ ਆਪਣੀ ਮਰਜ਼ੀ ਦੇ ਨਾਲ ਜੋ ਕੁਝ ਵੀ ਕਰਨਾ ਚਾਹੋ ਟੀਵੀ ਵੇਖਣਾ ਉਹ ਵੇਖੋ ਵਗੈਰਾ ਵਗੈਰਾ ਸਾਰਾ ਕੁਝ ਲੱਕ ਇੱਕ ਵਾਰ ਆਦਤ ਪਾਈ ਆਪਣੇ ਘਰ ਦੇ ਵਿੱਚ ਕਿ ਸਵੇਰੇ ਉੱਠਣਾ ਸਵੇਰੇ ਉੱਠ ਕੇ ਤਿਆਰ ਹੋ ਕੇ ਨਹਾ ਧੋ ਕੇ ਬ੍ਰੈਕਫਾਸਟ ਕਰਨਾ ਤੇ ਬ੍ਰੈਕਫਾਸਟ ਤੋਂ ਬਾਅਦ ਜੇ ਕੁਝ ਸੌਣਾ ਚਾਹੁੰਦਾ ਸੋਵੇ ਮੇਰੇ ਘਰ ਦੇ ਵਿੱਚ ਇਹ ਆਦਤ ਰਹੀ ਕਿ ਅਸੀਂ ਸੁੱਤੇ ਹੋਏ ਬੰਦੇ ਨੂੰ ਨਹੀਂ ਜਗਾਉਂਦੇ ਸੁੱਤਾ ਸੁੱਤਾ ਰਹੇ ਸਪੋਜ਼ ਕਰੋ ਮੇਰੀ ਵਾਈਫ ਸੁੱਤੀ ਹੋਈ ਹੈ ਤੇ ਕੋਈ ਮਹਿਮਾਨ ਆ ਗਿਆ ਉਹਦੀ ਚਾਹ ਮੈਂ ਆਪੇ ਬਣਾ ਦੂੰਗਾ ਮੈਂ ਉਹਨੂੰ ਉਠਾਵਾਂਗਾ ਨਹੀਂ ਮੈਂ ਇੱਕ ਨੂੰ ਚਾਹ ਹੈ ਸੋਡਾ ਹੈ ਵਗੈਰਾ ਉਸ ਨਾਲ ਜਿਹੜਾ ਨਾ ਉਹ ਕੰਮ ਚੱਲ ਜਾਂਦਾ ਹੈਗਾ ਦੂਜੇ ਦਾ ਧਿਆਨ ਰੱਖਣਾ ਇਹਨੂੰ ਕਨਸਿਡਰੇਸ਼ਨ ਕਹਿੰਦੇ ਹੈਗੇ ਇਹ ਬੜਾ ਵੱਡਾ ਗੁਣ ਹੁੰਦਾ ਹੈਗਾ ਇਸ ਨੂੰ ਅਪਣਾਉਣਾ ਚਾਹੀਦਾ ਸੋ ਇਹ ਗੱਲਾਂ ਸੀ ਮਕਾਨ ਪਾਉਣ ਬਾਰੇ ਅਗਲੀ ਗੱਲ ਜਿਹੜੀ ਹੈਗੀ ਆ ਉਸ ਵੇਲੇ ਦਾ ਜਿਹੜਾ ਬੈਸਟ ਮਟੀਰੀਅਲ ਹੈ ਨਾ ਉਹ ਵਰਤਣਾ ਚਾਹੀਦਾ ਹੈ ਜੇਕਰ ਤੁਸੀਂ ਬੈਸਟ ਨਹੀਂ ਅਫੋਰਡ ਕਰ ਸਕਦੇ ਤਾਂ ਸੈਕੰਡ ਬੈਸਟ ਵਰਤੋ ਸੈਕੰਡ ਬੈਸਟ ਉਹ ਜੀਨਸ ਜਾਂ ਪੈਂਟਾਂ ਜਿਹੜੀਆਂ ਹੈਗੀਆਂ ਉਹ ਲੈਵਾਇਸ ਦੀਆਂ ਹੀ ਹੈਗੀਆਂ ਜੇਕਰ ਉਹ ਨਹੀਂ ਖਰੀਦ ਸਕਦੇ ਤਾਂ ਜਿਹੜੀਆਂ ਸੈਕੰਡ ਬੈਸਟ ਨੇ ਉਹ ਖਰੀਦੋ ਉਸ ਨਾਲ ਕੀ ਹੋਏਗਾ ਕਿ ਇੱਕ ਤਾਂ ਤੁਸੀਂ ਆਪਣਾ ਸਟੈਂਡਰਡ ਮੇਨਟੇਨ ਕਰ ਸਕੋਗੇ ਤੇ ਉਸ ਦੀ ਰਿਪੇਅਰ ਜਲਦੀ ਕਰਾਉਣ ਦੀ ਲੋੜ ਨਹੀਂ ਪੈਗੀ ਜਦੋਂ ਮੈਂ ਮਕਾਨ ਪਾਇਆ ਇਹ ਉਸ ਵੇਲੇ ਚਿਪਸ ਦਾ ਰਿਵਾਜ ਸੀ ਚਿਪਸ ਦਾ ਜਿਹੜਾ ਸੀ ਉਹ ਪਹਿਲਾਂ ਲੋਕ ਇੱਟਾਂ ਦਾ ਪਾਉਂਦੇ ਸੀ ਫਿਰ ਚਿਪਸ ਦਾ ਪਾਉਂਦੇ ਸੀ ਫਿਰ ਪੱਥਰ ਦਾ ਪਾਉਂਦੇ ਸੀ ਉਹ ਮਤਲਬ ਇਸ ਤੇ ਕਈ ਵਾਰੀ ਖਰਚ ਹੁੰਦਾ ਬਾਣੀਆਂ ਇਸ ਕੋਲੋਂ ਬੜੇ ਸਿਆਣੇ ਆ ਉਹ ਸਾਰਾ ਖਰਚਾ ਇੱਕੋ ਵਾਰੀ ਕਰਦੇ ਆ ਉਸ ਨਾਲ ਕੀ ਹੁੰਦਾ ਕਿ ਉਹਨਾਂ ਦਾ ਬਾਰ-ਬਾਰ ਜਿਹੜਾ ਹੋਣ ਵਾਲਾ ਖਰਚਾ ਉਸ ਤੋਂ ਬਚ ਜੰਦੇ ਹੈਗੇ ਤੇ ਘਰ ਦੇ ਵਿੱਚ ਕੁਝ ਚੀਜ਼ਾਂ ਹੋਣੀਆਂ ਚਾਹੀਦੀਆਂ ਜਿਹੜੀਆਂ ਤੁਹਾਨੂੰ ਲੱਗਣ ਕਿ ਇਹ ਮਾਡਰਨ ਹੈ ਉਹ ਹੋਣੀਆਂ ਚਾਹੀਦੀਆਂ ਮੇਰੇ ਘਰ ਦੇ ਵਿੱਚ ਤਾਂ ਕਿਤਾਬਾਂ ਹੀ ਕਿਤਾਬਾਂ ਹੈਗੀਆਂ ਇਸ ਕਰਕੇ ਬਾਕੀ ਸਾਰਿਆਂ ਨੇ ਜਿਹੜਾ ਨਾ ਉਹ ਸ਼ਾਰਟ ਸਰਕਟ ਕੈਮਰੇ ਲਵਾਏ ਹੋਏ ਆ ਮੈਂ ਤਾਂ ਕਹਿਣਾ ਹੁਣ ਮੈਂ ਤੱਕ ਨ ਕੋਈ ਮੇਰੀਆਂ ਕਿਤਾਬਾਂ ਚੋਰੀ ਕਰਕੇ ਮੈਂ ਚਾਹੂੰਗਾ ਅਮੀਰ ਹੋ ਜਾਵੇ ਹਾਂਜੀ ਕਿਤਾਬਾਂ ਮੇਰੀਆਂ ਚੋਰੀਆਂ ਕਰੇ ਅਮੀਰ ਉਹ ਹੋ ਜਾਵੇ ਉਸ ਨੂੰ ਲਾਭ ਹੋਏਗਾ ਤੇ ਉਸ ਦੇ ਨਾਲ ਜਿਹੜਾ ਹੈ ਉਹ ਚੰਗਾ ਮਹਿਮਾਨ ਨੂੰ ਬੁਲਾਓ ਅਸੀਂ ਇਹ ਸ਼ੁਰੂ ਵਿੱਚ ਕੀਤਾ ਜਦੋਂ ਤੱਕ 20 25 ਘਰ ਨਹੀਂ ਹੋ ਗਏ ਅਸੀਂ ਜਿਹੜਾ ਵੀ ਨਵਾਂ ਆਉਂਦਾ ਸੀ ਨਾ ਇਸ ਇਲਾਕੇ ਦੇ ਵਿੱਚ ਉਸ ਨੂੰ ਆਪਣੇ ਘਰ ਬਣਾਉਂਦੇ ਹੁੰਦੇ ਸੀ ਖਾਣੇ ਤੇ ਉਹ ਨਾਲ ਬੈਠਦੇ ਸੀ ਬੱਚੇ ਜਿਹੜੇ ਸੀ ਗੱਨਾ ਵਗੈਰਾ ਕਰਦੇ ਸੀ ਬੱਚਿਆਂ ਨੂੰ ਪਤਾ ਲੱਗ ਜਾਂਦਾ ਸੀ ਆਲੇ ਦੁਆਲੇ ਕੀ ਹੋ ਰਿਹਾ ਹੈ ਕਿਸੇ ਦਾ ਬੱਚਾ ਕੀ ਕਰ ਰਿਹਾ ਹੈ ਕਿਸੇ ਦਾ ਬੱਚਾ ਕੀ ਕਰ ਰਿਹਾ ਹੈ ਕਿਸੇ ਦਾ ਬੱਚਾ ਕੀ ਕਰ ਸੋ ਉਸ ਦੇ ਨਾਲ ਉਹਨਾਂ ਵਿੱਚ ਇੱਕ ਕੰਫੀਡੈਂਸ ਪੈਦਾ ਹੁੰਦਾ ਉਹ ਬਰਾਬਰ ਦੇ ਪੱਧਰ ਤੇ ਗੱਲਬਾਤ ਕਰ ਸਕਦੇ ਹੈਗੇ ਇੱਕ ਬੱਚਿਆਂ ਨੂੰ ਜਿਹੜਾ ਨਾ ਕਿਉਂਕਿ ਮੇਰਾ ਕਾਰਜ ਯੂਨੀਵਰਸਿਟੀ ਦੇ ਨੇੜੇ ਸੀ ਇਸ ਦਾ ਮੈਨੂੰ ਬਹੁਤ ਲਾਭ ਹੋਇਆ ਬੱਚੇ ਜਿਹੜੇ ਸੀ ਆਪੇ ਹੀ ਚਲੇ ਜਾਂਦੇ ਸੀ ਯੂਨੀਵਰਸਿਟੀ ਦੇ ਵਿੱਚ ਯੂਨੀਵਰਸਿਟੀ ਜਿਹੜੀ ਸੀ ਮੇਰੇ ਘਰ ਦਾ ਵੇੜਾ ਸੀ ਉਹਦੇ ਵਿੱਚ ਉਹ ਉੱਥੇ ਮੈਂ ਨਹੀਂ ਰਹਿਣਾ ਪਸੰਦ ਕਰਦਾ ਸੀ ਕਿਉਂਕਿ ਉੱਥੇ ਦਰਜੇਬੰਦੀ ਹੈ ਕਿ ਇਹ ਪ੍ਰੋਫੈਸਰ ਹੈ ਇਹ ਰੀਡਰ ਹੈ ਇਹ ਲੈਕਚਰਰ ਹੈ ਇਹ ਦਫ਼ਤਰ ਦਾ ਬੰਦਾ ਹੈ ਇਹ ਦੂਜਾ ਇੱਥੇ ਬਰਾਬਰੀ ਹੈਗੀ ਹੈ ਜਦੋਂ ਮੈਂ ਇੱਥੇ ਆ ਗਿਆ ਤੇ ਪੁਰਾਣੇ ਘਰ ਤੋਂ ਜਦੋਂ ਇੱਥੇ ਆ ਗਿਆ ਤੇ ਮੈਨੂੰ ਸਾਰੇ ਨੇ ਕਪੂਰ ਸਾਹਿਬ ਕਪੂਰ ਸਾਹਿਬ ਕਿਹਾ ਕਰਨ ਮੈਨੂੰ ਇਹ ਸੁਣਾ ਨਾ ਬੜਾਜੀਵ ਲੱਗਦਾ ਸੀ ਕਿਉਂਕਿ ਉਸ ਮਹੱਲੇ ਦੇ ਵਿੱਚ ਮੈਨੂੰ ਬਚਪਨ ਦੇ ਨਾਂ ਨਾਲ ਬੁਲਾਉਂਦੇ ਸੀਗੇ ਤੇ ਮੈਨੂੰ ਚੰਗਾ ਲੱਗਦਾ ਸੀਗਾ ਮਤਲਬ ਵੀ ਮੈਂ ਇੱਥੇ ਸਾਹ ਬਣ ਗਿਆ ਸੀ। ਸੋ ਇਹ ਜਿਹੜਾ ਸੀ ਖੁੱਲੀ ਥਾਂ ਸੀ ਘਰੋਂ ਬਾਹਰ ਨਿਕਲੋ ਸੈਰ ਸ਼ੁਰੂ ਹੋ ਜਾਂਦੀ ਸੀ। ਸੋ ਇਸ ਦੇ ਨਾਲ ਮਕਾਨ ਪਾਉਣ ਦਾ ਆਨੰਦ ਆਇਆ ਮਕਾਨ ਪਾਉਣ ਦਾ ਇਹਦੇ ਵਿੱਚ ਜਿਹੜੀਆਂ ਗਲਤੀਆਂ ਰਹਿ ਗਈਆਂ ਉਹ ਮੈਂ ਚੰਡੀਗੜ੍ਹ ਮਕਾਨ ਪਾਇਆ ਸੀ ਉਹਦੇ ਵਿੱਚ ਦੂਰ ਕੀਤੀਆਂ। ਮਕਾਨ ਪਾਉਣ ਪਰ ਦੋ ਤਿੰਨ ਸਾਵਧਾਨੀਆਂ ਵਰਤਣ ਦੀ ਲੋੜ ਹੈ। ਕਿਸੇ ਵੇਲੇ ਨਾ ਜ਼ਮੀਨ ਖਰੀਦਣੇ ਸਸਤੀ ਸੀ। ਤੇ ਮਕਾਨ ਪਾਉਣਾ ਮਹਿੰਗਾ ਸੀ ਹੁਣ ਉਲਟ ਹੋ ਗਿਆ ਹੁਣ ਜ਼ਮੀਨ ਮਹਿੰਗੀ ਹੈ ਤੇ ਮਕਾਨ ਪਾਉਣਾ ਜਿਹੜਾ ਹੈ ਉਹ ਸਸਤ ਹੈ ਕੰਪੇਅਰਡ ਟੂ ਦ ਵੈਲਿਊ ਆਫ ਦ ਲੈਂਡ ਤੇ ਜ਼ਮੀਨ ਪਹਿਲਾਂ ਖਰੀਦ ਲੈਣੀ ਚਾਹੀਦੀ ਹੈ ਤੇ 10 12 ਸਾਲਾਂ ਦੇ ਫਰਕ ਦੇ ਨਾਲ ਮਕਾਨ ਪਾਉਣਾ ਚਾਹੀਦਾ ਹੈ ਮੇਰੀ ਆਪਣੀ ਇੱਛਾ ਹੈਗੀ ਹੈ ਕਿ ਕਰਜ਼ਾ ਲੈ ਕੇ ਮਕਾਨ ਨਹੀਂ ਪਾਉਣਾ ਚਾਹੀਦਾ ਜਿਹੜਾ ਮਕਾਨ ਕਰਜ਼ਾ ਲੈ ਕੇ ਪਾਇਆ ਜਾਂਦਾ ਉਹ ਮਕਾਨ ਵਿਕ ਜਾਂਦਾ ਉਹ ਵੇਚਣਾ ਪੈ ਜਾਂਦਾ ਕਿਉਂਕਿ ਉਹ ਕਰਜ਼ਾ ਉਤਾਰਿਆ ਨਹੀਂ ਜਾਂਦਾ ਜਿਉਂ-ਜਿਉਂ ਤੁਹਾਡੀ ਉਮਰ ਵਧੇਗੀ ਤੁਹਾਡੀਆਂ ਜ਼ਿੰਮੇਵਾਰੀਆਂ ਵਧਣਗੀਆਂ ਤੁਹਾਡੇ ਬੱਚਿਆਂ ਦੀਆਂ ਡਿਮਾਂਡਸ ਵਧਣਗੀਆਂ ਉਹਨਾਂ ਦੇ ਖਰਚੇ ਵਧਣਗੇ ਉਹਨਾਂ ਨੂੰ ਪੂਰਾ ਕਰਨ ਵਾਸਤੇ ਤੁਹਾਡੇ ਕੋਲ ਉਸ ਵੇਲੇ ਦੀ ਆਮਦਨ ਵੀ ਚਾਹੀਦੀ ਹੈ ਜੇ ਤੁਸੀਂ ਕਰਜ਼ਾ ਲਿਆ ਹੋਇਆ ਤਾਂ ਬੜੀ ਵੱਡੀ ਰਕਮ ਜਿਹੜੀ ਹੈਗੀ ਤੁਹਾਡੀ ਆਮਦਨ ਦੀ ਉਹ ਕਰਜ਼ਾ ਲਾਉਣ ਦੇ ਵਿੱਚ ਹੀ ਚਲੀ ਜਾਵੇਗੀ ਆਪਣੇ ਪੈਸਿਆਂ ਨਾਲ ਪਾਓ ਆਪਣੇ ਪੈਸਿਆਂ ਨਾਲ ਜਿਹੜਾ ਨਾਲ ਪਾਓ ਤੇ ਜੇਕਰ ਹਸਬੰਡ ਵਾਈਫ ਦੋਵੇਂ ਕੰਮ ਕਰਦੇ ਹੈਗੇ ਤਾਂ ਉਹਦੇ ਵਿੱਚ ਬਚਤ ਦਾ ਇੱਕ ਟੰਗ ਹੁੰਦਾ ਹੁੰਦਾ ਜੇ ਤੁਹਾਡੇ ਬੱਚੇ ਛੋਟੇ ਹਨ ਤਾਂ ਤੁਸੀਂ ਕਿਉਂਕਿ ਛੋਟੇ ਹਨ ਇਸ ਕਰਕੇ ਤੁਸੀਂ ਆਪਣਾ ਫਿਕਸ ਕਰ ਲਓ ਕਿ ਮੈਨੂੰ ਮਹੀਨੇ ਦੇ ਖਰਚੇ ਵਾਸਤੇ 30000 ਰੁਪਏ ਚਾਹੀਦੇ 30000 ਰੁਪਏ ਤੁਸੀਂ ਰੱਖ ਲਓ ਤੇ ਬਾਕੀ ਜਿਹੜੇ ਆਮਦਨ ਹੈਗੀਆਂ ਉਸ ਨੂੰ ਜਮਾ ਕਰੋ ਬਚਤ ਕਰੋ ਜਦੋਂ ਬੱਚੇ ਵੱਡੇ ਹੋ ਜਾਣ ਤਾਂ ਉਸ ਵੇਲੇ ਤੁਸੀਂ ਉਹਨਾਂ ਦੀਆਂ ਡਿਮਾਂਡਸ ਜਿਹੜੀਆਂ ਹੈਗੀਆਂ ਉਹਨਾਂ ਨੂੰ ਪੂਰੀਆਂ ਕਰੋ ਤੇ ਜੋ ਬਚ ਜਾਵੇ ਉਹਨੂੰ ਬਚਤ ਕਰੋ ਉਹਦੇ ਬਚਤ ਕਰੋ ਤੇ ਜੇਕਰ ਦੋ ਇਨਕਮਸ ਹੈਗੀਆਂ ਤਾਂ ਉਹਦੇ ਵਿੱਚ ਇੱਕ ਇਨਕਮ ਦਾ 50% ਜੇਕਰ ਤੁਸੀਂ ਸੇਵ ਕਰਦੇ ਹੋ ਬਚਤ ਕਰਦੇ ਹੋ ਤਾਂ ਇਟ ਇਜ਼ ਸਫੀਸ਼ੀਐਂਟ ਇੱਕ ਮੇਰੀ ਹੋਰ ਤਾਰਨਾ ਹੈ ਬਹੁਤ سارے ਲੋਕ ਜਿਹੜੇ ਨਾ ਜਦੋਂ ਯੂਨੀਵਰਸਿਟੀ ਵਿੱਚ ਮੈਂ ਲੱਗਿਆ ਤਾਂ ਉਹ 29 30 ਤਰੀਕ ਨੂੰ ਹੀ ਬੈਂਕ ਤੇ ਜਾ ਕੇ ਪੁੱਛਣ ਲੱਗ ਜਾਂਦੇ ਸੀ ਮੇਰੀ ਤਨਖਾਹ ਆ ਗਈ ਮੇਰੀ ਤਨਖਾਹ ਆ ਗਈ ਮੈਂ ਕਿਉਂਕਿ ਪੈਸੇ ਦੇ ਸੁਭਾਅ ਨੂੰ ਸਮਝਦਾ ਸੀ ਮੈਂ ਕਿਹਾ ਵੇ ਕਈਆਂ ਨੂੰ ਤੇ ਉਹਨਾਂ ਨੂੰ ਆਦਤ ਵੀ ਪਾਈ ਮੈਂ ਕਿਹਾ ਤਿੰਨ ਮਹੀਨੇ ਦੀ ਤਨਖਾਹ ਨਾ ਤੁਸੀਂ ਬੈਂਕ ਦੇ ਵਿੱਚ ਜਮ੍ਹਾਂ ਰਹਿਣ ਦਿਓ ਇੱਕ ਵਾਰੀ ਔਖੇ ਹੋ ਲੋ ਉਸ ਤੋਂ ਬਾਅਦ ਤੁਹਾਨੂੰ ਕਦੇ ਜਾ ਕੇ ਪੁੱਛਣਾ ਨਹੀਂ ਪਏਗਾ ਮੈਂ ਆਪਣਾ ਮਹੀਨਾ 25 ਤਰੀਕ ਨੂੰ ਸ਼ੁਰੂ ਕਰਦਾ ਹਾਂ 25 ਤਰੀਕ ਨੂੰ ਮੇਰੇ ਕੋਲ ਜਿਹੜੇ ਆ ਨਾ ਉਹ ਜੋ ਖਰਚੇ ਹੁੰਦੇ ਆ ਪਹਿਲੇ ਤਰੀਕ ਨੂੰ ਜਿਨ੍ਹਾਂ ਦੇ ਪੈਸੇ ਦੇਣੇ ਹੁੰਦੇ ਆ ਉਹਨਾਂ ਸਭ ਨੂੰ ਜਿਹੜਿਆ ਨਾ ਅਦਾਇਗੀ ਪਹਿਲੇ ਤਰੀਕ ਨੂੰ ਕਰ ਦਿੰਦਾ ਹਾਂ ਕਿ ਮੈਨੂੰ ਕਦੇ ਜਾ ਕੇ ਪੁੱਛਣਾ ਨਹੀਂ ਪਿਆ ਪੈਸੇ ਜਮ੍ਹਾਂ ਹੋ ਹੀ ਜਾਂਦੇ ਆ ਤੇ ਇਸ ਦੇ ਨਾਲ ਕਦੇ ਇਹ ਨਹੀਂ ਹੁੰਦਾ ਬਈ ਮੈਨੂੰ ਕਦੀ ਮੁਸ਼ਕਲ ਆਈ ਹੋਵੇ ਜਾਂ ਪੈਸੇ ਲੋੜ ਪੈਣ ਤੇ ਮੇਰੇ ਕੋਲ ਨਾ ਹੋਣ ਜਾਂ ਕਿਸੇ ਤੋਂ ਮੰਗਣੇ ਪੈਣ ਕਦੇ ਅੱਜ ਤੱਕ ਮੈਂ ਕਿਸੇ ਤੋਂ ਪੈਸੇ ਮੰਗ ਕੇ ਕੋਈ ਕੰਮ ਨਹੀਂ ਕੀਤਾ ਹੈ ਹਾਂ ਤੇ ਕਦੇ ਕਿਸੇ ਕੰਮ ਦੇ ਵਿੱਚ ਇਹ ਨਹੀਂ ਹੈ ਕਿ ਕੋਈ ਕਹੇ ਕਿ ਮੈਂ ਉਹਦੇ ਪੈਸੇ ਦੇਣੇ ਹੈਗੇ ਸੋ ਇਹ ਥੋੜੀਆਂ-ਥੋੜੀਆਂ ਗੱਲਾਂ ਹੈ ਗਿਆ ਮਕਾਨ ਜਿਹੜਾ ਹੈ ਜੇ ਤੁਹਾਡੀਆਂ ਆਦਤਾਂ ਠੀਕ ਹੈਗੀਆਂ ਭੈੜੀਆਂ ਆਪਾਂ ਮਹਿੰਗੀਆਂ ਹੁੰਦੀਆਂ ਹੈ ਚੰਗੀਆਂ ਆਪਾਂ ਕਦੇ ਵੀ ਮਹਿੰਗੀਆਂ ਨਹੀਂ ਹੁੰਦੀਆਂ ਉਹਦੇ ਨਾਲ ਤੁਸੀਂ ਆਪਣੀ ਜ਼ਿੰਦਗੀ ਜਿਹੜੀ ਹੈ ਨਾ ਬੜੇ ਚੰਗੇ ਤਰੀਕੇ ਨਾਲ ਗੁਜ਼ਾਰ ਸਕਦੇ ਹੈਗੇ ਸੋ ਸਕੂਲ ਦਾ ਫਰਕ ਪੈਂਦਾ ਪਰੰਤੂ ਇਤਨਾ ਫਰਕ ਨਹੀਂ ਪੈਂਦਾ ਕਿ ਸਕੂਲ ਹੀ ਸਾਰਾ ਕੁਝ ਫੈਸਲਾ ਕਰ ਦਵੇ ਬੜੇ ਆਮ ਸਕੂਲਾਂ ਦੇ ਵਿੱਚ ਪੜ ਕੇ ਵੀ ਲੋਕ ਜਿਹੜੇ ਹੈ ਹਾਰਵਰਡ ਦੇ ਵਿੱਚ ਪਹੁੰਚ ਜਾਂਦੇ ਹੈਗੇ ਬਿਲਕੁਲ ਆਮ ਸਰਦਾਰਨ ਘਰਾਂ ਦੇ ਵਿੱਚ ਪੜਨ ਵਾਲੇ ਵੀ ਬੜੀਆਂ ਬੜੀਆਂ ਥਾਵਾਂ ਤੇ ਪਹੁੰਚ ਜਾਂਦੇ ਹੈਗੇ ਹਿੰਮਤ ਚਾਹੀਦੀ ਹੈਗੀ ਪਲੈਨਿੰਗ ਚਾਹੀਦੀ ਹੈਗੀ ਤੁਸੀਂ ਮਾਪੇ ਹੋ ਅਸੀਂ ਕਿਉਂਕਿ ਦੋਵੇਂ ਯੂਨੀਵਰਸਿਟੀ ਦੇ ਵਿੱਚ ਸੀ ਸਾਨੂੰ ਪਤਾ ਸੀ ਕਿਹੜੇ ਕਿਹੜੇ ਕੋਰਸ ਦੁਨੀਆਂ ਦੇ ਵਿੱਚ ਹੈਗੇ ਤੇ ਉਸ ਦੇ ਨਾਲ ਕੀ ਹੋਇਆ ਕਿ ਕਿਤਾਬਾਂ ਲਾਇਬ੍ਰੇਰੀ ਦੀ ਜਿਹੜੀ ਬੜੀ ਵੱਡੀ ਸਹੂਲਤ ਸੀ ਮੇਰੀ ਬੇਟੀ ਨੇ ਮੁਕਾਬਲੇ ਦੀ ਪ੍ਰੀਖਿਆ ਜਿਹੜੀ ਸੀ ਉਹ ਦਿੱਤੀ ਉਹਦੇ ਵਿੱਚ ਯੂਨੀਵਰਸਿਟੀ ਦੇ ਟੀਚਰਸ ਰੋਮ ਯੂ ਮਦਰ ਲੈਨ ਦੇ ਸੀਗੇ ਮਿਲ ਲੈਂਦੇ ਸੀ ਜਾ ਕੇ ਉਹਨਾਂ ਨੂੰ ਗੱਲ ਕਰਨ ਦੀ ਬੱਚਿਆਂ ਨੂੰ ਠੀਕ ਟੰਗ ਦੱਸੋ ਤੇ ਉਸ ਨਾਲ ਕੀ ਹੋਏਗਾ ਕਿ ਉਹਨਾਂ ਨੂੰ ਜਿਸ ਨਾਲ ਵੀ ਕੰਮ ਹੈ ਨਾ ਉਸ ਤੋਂ ਉਹ ਮਦਦ ਲੈਣ ਦੇ ਯੋਗ ਹੋ ਜਾਂਦੇ ਹੈਗੇ ਸੋ ਫੈਸਲਾ ਤੁਸੀਂ ਕਰਨਾ ਹੈ ਕਿ ਤੁਹਾਡਾ ਮਕਾਨ ਜੇਲ੍ਹ ਦੇ ਕੋਲ ਹੈ ਕਿ ਯੂਨੀਵਰਸਿਟੀ ਦੇ ਕੋਲ ਮੇਰਾ ਤਾਂ ਜੇਲ੍ਹ ਕੋਲੇ ਆ ਮਤਲਬ ਕਿ ਇਸ ਨਾਲ ਬੜਾ ਫਰਕ ਪੈਂਦਾ ਹੈ ਮਕਾਨ ਵਾਸਤੇ ਦੋ ਥਾਵਾਂ ਠੀਕ ਹੁੰਦੀਆਂ ਹਾਂਜੀ ਇੱਕ ਤਾਂ ਰੋਜ਼ਗਾਰ ਵਾਲੀ ਥਾਂ ਮਕਾਨ ਦੇ ਨੇੜੇ ਹੋਵੇ ਇਸ ਗੱਲ ਨੂੰ ਧਿਆਨ ਚ ਰੱਖ ਕੇ ਮੈਂ ਯੂਨੀਵਰਸਿਟੀ ਦੇ ਨੇੜੇ ਮਕਾਨ ਪਾਹਾਂ ਜਾਂ ਦੂਜਾ ਬਾਜ਼ਾਰ ਦੇ ਨੇੜੇ ਹੋਵੇ ਇੱਕ ਜਗ੍ਹਾ ਤੋਂ ਬੰਦਾ ਕਮਾਉਂਦਾ ਦੂਜੀ ਜਗ੍ਹਾ ਤੇ ਖਰਚ ਕਰਦਾ ਤੇ ਜੇਕਰ ਤੁਹਾਡਾ ਮਕਾਨ ਇਹਨਾਂ ਦੋਹਾਂ ਤੋਂ ਦੂਰ ਹੈ ਤਾਂ ਤੁਹਾਨੂੰ ਬਹੁਤ ਸਾਰਾ ਜਿਹੜਾ ਨਾ ਪੈਟਰੋਲ ਤੇ ਖਰਚ ਕਰਨਾ ਪਏਗਾ ਸੜਕ ਤੇ ਰਹਿਣਾ ਪਏਗਾ ਜ਼ਿੰਦਗੀ ਨੂੰ ਰਿਸਕ ਜਿਹੜਾ ਹੈਗਾ ਖਤਰਾ ਜਿਹੜਾ ਹੈ ਉਸੇ ਹੇਡ ਨਾ ਪਏਗਾ ਇਹ ਸਹੂਲਤ ਹੈਗੀ ਹੈ ਇਹਨਾਂ ਨੂੰ ਧਿਆਨ ਚ ਰੱਖਣਾ ਚਾਹੀਦਾ ਹੈ ਮਕਾਨ ਪਾਓ ਸ਼ੌਕ ਨਾਲ ਪਾਓ ਮਕਾਨ ਪਾਉਣਾ ਬੜਾ ਅੱਛਾ ਐਕਸਪੀਰੀਅੰਸ ਹੈ ਤੇ ਮੈਂ ਜਦੋਂ ਮਕਾਨ ਪਾਇਆ ਤਾਂ ਮੈਂ 2-3 ਸੰਕਲਪ ਕਰਕੇ ਗਿਆ ਮਤਲਬ ਆ ਨੰਬਰ 1 ਮੈਂ ਮਕਾਨ ਦੇ ਵਿੱਚ ਉਦੋਂ ਸ਼ਿਫਟ ਕਰਾਂਗਾ ਜਦੋਂ ਇਹ ਕੰਪਲੀਟ ਹੋ ਜਾਏਗਾ ਹਰ ਪੱਖ ਤੋਂ ਕੰਪਲੀਟ ਹੋ ਜਾਏਗਾ ਕਈ ਘਰਾਂ ਦੇ ਵਿੱਚ ਮਕਾਨ ਤਾਂ ਪਾ ਲੈਂਦੇ ਆ ਅਲਮਾਰੀਆਂ ਨਹੀਂ ਬਣਵਾਉਂਦੇ ਜਿਹੜੀ ਚੀਜ਼ ਨਹੀਂ ਬਣੀ ਹੋਏਗੀ ਨਾ ਤੁਹਾਡਾ ਧਿਆਨ ਉਸ ਵੱਲ ਜਾਏਗਾ ਉਹ ਬਣਾ ਲੈਣੀ ਚਾਹੀਦੀ ਆ ਕੰਪਲੀਟ ਕਰਕੇ ਜਾਣਾ ਚਾਹੀਦਾ ਦੂਜਾ ਮੈਂ ਇਹ ਕੀਤਾ ਕਿ ਕਿਸੇ ਤੋਂ ਪੈਸੇ ਉਧਾਰ ਨਹੀਂ ਲਵਾऊंगा ਮੇਰਾ ਸਾਲਾ ਜਿਹੜਾ ਸੀ ਉਹ ਬੈਂਕ ਦੇ ਵਿੱਚ ਸੀ ਉਸ ਨੇ ਮੇਰੀ ਬੈਂਕ ਦੇ ਵਿੱਚ ਲਿਮਟ ਬਣਾਈ ਹੋਈ ਬਣਵਾ ਦਿੱਤੀ ਕਿ ਮੈਂ ਬਹੁਤ سارے ਪੈਸੇ ਵਿਆਜ ਦੇ ਦਿੱਤੇ ਪਰੰਤੂ ਕਿਸੇ ਤੋਂ ਰਿਸ਼ਤੇਦਾਰ ਤੋਂ ਨਹੀਂ ਲਿਆ ਮੇਰੇ ਇੱਕ ਰਿਸ਼ਤੇਦਾਰ ਨੇ ਮੈਨੂੰ ਪੁੱਛਿਆ ਕਿ ਮੈਂ ਮਕਾਨ ਪਾਉਣਾ ਤੁਸੀਂ ਮੇਰੀ ਕੀ ਮਦਦ ਕਰੋਗੇ ਮੈਂ ਕਿਹਾ ਤੁਸੀਂ ਜਿੰਨੀ ਕੀਤੀ ਹੈ ਪੰਜ ਗੁਣਾ ਕਰਾਂਗਾ ਕਹਿੰਦਾ ਮੈਂ ਤਾਂ ਕੀਤੀ ਨਹੀਂ ਫਿਰ ਮੈਂ ਕਰਾਂਗਾ ਉਹ ਨਹੀਂ ਕੀਤੀ ਉਹਦਾ 5 ਗੁਣਾ ਕਰਾਂਗਾ ਮੈਂ 5 ਗੁਣਾ ਨਹੀਂ ਕਰਾਂਗਾ ਸੋ ਮੈਂ ਕਿਹਾ ਆਪੇ ਹਿੰਮਤ ਕਰੋ ਪੋਸੀਬਲ ਹੈ ਦੁਨੀਆ ਜਿਹੜੀ ਹੈਗੀ ਆ ਉਹ ਜਿਹੜੀ ਇਹ ਮੈਂ ਕਰਦੀ ਹੈਗੀ ਹੈ ਮਕਾਨ ਤੁਹਾਡਾ ਆਪਣਾ ਹੋਣਾ ਚਾਹੀਦਾ ਉਸ ਨਾਲ ਬੱਚਿਆਂ ਦਾ ਸਟੇਟਸ ਬਣਦਾ ਹੈਗਾ ਤੁਹਾਡੇ ਆਪਣੇ ਮਨ ਦੀ ਸ਼ਾਂਤੀ ਵੀ ਹੁੰਦੀ ਹੈ ਆਪਣੇ ਮਕਾਨ ਦੇ ਵਿੱਚ ਤੁਸੀਂ 15 ਤੋਂ 20 ਸਾਲ ਜਿਆਦਾ ਜੀਉਂਦੇ ਰਹਿੰਦੇ ਆਂ ਜਦੋਂ ਕੋਈ ਬੰਦਾ ਮਕਾਨ ਬਦਲਦਾ ਹੈ ਨਾ ਕਿਰਾਏ ਦਾ ਉਹ ਸਮਾਨ ਜਿਹਨੂੰ ਟਰੱਕ ਵਗੈਰਾ ਜਾਂ ਟਰੈਕਟਰ ਵਗੈਰਾ ਲੈ ਕੇ ਜਾਂਦਾ ਨਾ ਮੈਨੂੰ ਬੜਾ ਅਫਸੋਸ ਹੁੰਦਾ ਹੈ ਵੀ ਇਹ ਦੇਖੋ ਉਹ ਜਿਹੜਿਆ ਹੋਇਆ ਬੰਦਾ ਜਾ ਰਿਹਾ ਹੈ ਮਤਲਬ ਉਹ ਉਹ ਜਿਹੜੇ ਹੋਏ ਤੰਗ ਦੇ ਨਾਲ ਹੀ ਜਾਂਦਾ ਹੈਗਾ ਤੇ ਮਕਾਨ ਆਪਣਾ 40 ਸਾਲ ਦੀ 45 ਸਾਲ ਦੀ ਉਮਰ 40 45 ਦੇ ਵਿੱਚ ਪਾਲਣਾ ਚਾਹੀਦਾ ਤੇ ਆਰਕੀਟੈਕਟ ਤੋਂ ਨਕਸ਼ਾ ਬਣਵਾ ਕੇ ਪਾਉਣਾ ਚਾਹੀਦਾ ਆਪਣੇ ਆਪ ਨੂੰ ਸਿਆਣਾ ਨਾ ਸਮਝੋ ਤੇ ਸਿਆਣੇ ਹੋ ਸਕਦੇ ਆ ਪਰੰਤੂ ਹਰ ਗੱਲ ਦੇ ਵਿੱਚ ਤੁਸੀਂ ਸਿਆਣੇ ਨਹੀਂ ਹੋ ਸਕਦੇ ਸੋ ਸਿਆਣੇ ਬੰਦੇ ਦਾ ਲਾਭ ਉਠਾਓ ਆਰਕੀਟੈਕਟ ਪੈਸੇ ਲਏਗਾ ਪਰ ਇਤਨੇ ਪੈਸੇ ਨਹੀਂ ਲਏਗਾ ਕਿ ਉਹ ਬਹੁਤ ਵੱਡੀ ਰਕਮ ਹੋਏਗੀ ਪਰੰਤੂ ਉਹ ਤੁਹਾਡਾ ਉਹਦੇ ਵਿੱਚ ਬਹੁਤ ਸਾਰੀ ਸੇਵਿੰਗ ਵੀ ਕਰ ਦਏਗਾ ਬਹੁਤ ਸਾਰੀ ਤੁਹਾਡੀ ਬਚਤ ਵੀ ਕਰਵਾ ਦੇਗਾ ਸੋ ਉਹ ਮਤਲਬ ਕਹਿਣ ਤੋਂ ਇਹ ਹੈਗਾ ਕਿ ਉਹ ਜਿੰਨੇ ਪੈਸੇ ਲਏਗਾ ਉਹਦਾ ਹੱਕ ਪੂਰਾ ਕਰੇਗਾ ਆਰਕੀਟੈਕਟ ਦੇ ਨਕਸ਼ਾ ਬਣਵਾ ਕੇ ਕਰਨਾ ਚਾਹੀਦਾ ਤੇ ਘਰ ਦੇ ਵਿੱਚ ਧੀ ਜਿਹੜੀ ਹੈ ਤੇ ਪਤਨੀ ਜਿਹੜੀ ਹੈ ਉਹਨਾਂ ਨੂੰ ਸ਼ੌਕ ਹੁੰਦਾ ਮਕਾਨ ਨੂੰ ਥੋੜਾ ਜਿਹਾ ਸਜਾਉਣ ਦਾ ਉਹ ਕਿਉਂਕਿ ਉਹਨਾਂ ਨੇ ਆਪ ਅੰਦਰ ਰਹਿਣਾ ਹੁੰਦਾ ਇਸ ਕਰਕੇ ਉਹਨਾਂ ਦੀ ਘਰ ਦੇ ਵਿੱਚ ਦਿਲਚਸਪੀ ਜਿਹੜੀ ਹੈ ਉਹ ਜ਼ਿਆਦਾ ਹੁੰਦੀ ਹੈਗੀ ਮਹਿਮਾਨ ਆਉਣੇ ਚਾਹੀਦੇ ਆ ਮਹਿਮਾਨ ਦੇ ਆਉਣ ਨਾਲ ਤੁਹਾਡਾ ਘਰ ਰਸਦਾ ਵਸਦਾ ਹਸਦਾ ਇਹ ਉਹਨਾਂ ਵਿੱਚ ਗੁਣ ਪੈਦਾ ਹੁੰਦੇ ਹੈਗੇ ਸੋ ਖੁੱਲੇ ਮਨ ਨਾਲ ਜੀਵ ਮਕਾਨ ਖੁੱਲਾ ਹੋਣਾ ਚਾਹੀਦਾ ਹੈ ਖੁੱਲੇ ਇਲਾਕੇ ਦੇ ਵਿੱਚ ਰੋ ਤੇ ਮੋਜਾਂ ਹੀ ਮੋਜਾਂ ਵੈਸੇ ਤਾਂ ਹਰ ਬੰਦਾ ਆਪਣੀ ਪਹੁੰਚ ਦੇ ਹਿਸਾਬ ਨਾਲ ਸੋਚਦਾ ਹੀ ਹੈ ਕਿ ਸੋਹਣੇ ਤੋਂ ਸੋਹਣਾ ਘਰ ਮੇਰਾ ਹੋਵੇ ਪਰ ਇਹ ਵੀ ਜ਼ਰੂਰੀ ਹੈ ਕਿ ਵਾਕੇ ਇਲਾਕਾ ਤੁਸੀਂ ਸੋਚਣਾ ਹੁੰਦਾ ਕਿ ਤੁਸੀਂ ਕਿੱਥੇ ਰਹਿਣਾ ਪੈਸਾ ਤੁਸੀਂ ਜਿੰਨਾ ਕਲਾ ਸਕਦੇ ਹੋ ਓਨਾ ਕੁ ਵੱਡਾ ਮਕਾਨ ਤੁਸੀਂ ਤੈਅ ਕਰਨਾ ਹੁੰਦਾ ਕਿ ਅਸੀਂ ਬਣਾਉਣਾ ਪਰ ਨਕਸ਼ਾ ਨਵੀਸ ਜਿਹੜੇ ਹੁੰਦੇ ਆ ਵਾਕੇ ਜੇ ਤੁਸੀਂ ਉਹਨਾਂ ਦੀ ਸਲਾਹ ਨਾਲ ਮਕਾਨ ਬਣਾਉਨੇ ਹੋ ਤਾਂ ਉਹ ਬਿਲਕੁਲ ਤੁਹਾਨੂੰ ਬਹੁਤ ਚੰਗੀ ਸਲਾਹ ਦਿੰਦੇ ਨੇ ਤੁਹਾਡੀਆਂ ਛੱਤਾਂ ਕਿੰਨੀਆਂ ਉੱਚੀਆਂ ਹੋਣਾ ਚਾਹੀਦੀਆਂ ਨੇ ਬੂਹੇ ਬਾਰੀਆਂ ਕਿੱਧਰ ਹੋਣੇ ਚਾਹੀਦੇ ਨੇ ਕਿੱਧਰੋਂ ਤੁਹਾਡੇ ਘਰ ਨੂੰ ਜੜੀ ਚੰਗੀ ਧੁੱਪ ਆ ਸਕਦੀ ਆ ਇਹਨਾਂ ਚੀਜ਼ਾਂ ਬਾਰੇ ਜਿਹੜੇ ਉਹੀ ਤੁਹਾਨੂੰ ਸਭ ਤੋਂ ਬਿਹਤਰ ਦੱਸ ਸਕਦੇ ਹੁੰਦੇ ਨੇ ਤੇ ਸਰ ਨੇ ਜਿਵੇਂ ਕਿਹਾ ਕਿ ਤੁਹਾਡੇ ਦਿਮਾਗ 'ਚ ਹੋਣਾ ਚਾਹੀਦਾ ਕਿ ਤੁਹਾਨੂੰ ਆਪਣੇ ਘਰ ਦੇ ਅੰਦਰ ਕੀ ਚਾਹੀਦਾ ਇਹ ਤੁਸੀਂ ਉਹਨਾਂ ਨੂੰ ਦੱਸਣਾ ਹੁੰਦਾ ਤੇ ਇਸ ਤਾਲਮੇਲ ਨਾਲ ਬਹੁਤ ਸੋਹਣਾ ਘਰ ਆ ਜਿਹੜਾ ਆਪਾਂ ਬਣਾ ਸਕਦੇ ਆ ਵੈਸੇ ਤਾਂ ਹੋਰ ਬਹੁਤ ਸਾਰੀਆਂ ਗੱਲਾਂ ਹੋ ਸਕਦੀਆਂ ਨੇ ਇਸ ਮੁੱਦੇ ਤੇ ਜਿਹੜੀਆਂ ਕਿ ਸ਼ਾਇਦ ਆਪਾਂ ਨੂੰ ਨਾ ਪਤਾ ਹੋਣਾ ਪਰ ਨਕਸ਼ਣ ਵੀ ਇਸ ਦੀ ਸਲਾਹ ਜਿਹੜੀ ਉਹ ਬੇਹੱਦ ਜ਼ਰੂਰੀ ਹੁੰਦੀ ਹੈ ਇੱਕ ਘਰ ਨੂੰ ਬਣਾਉਣ ਲਈ ਅਗਲੀ ਵਾਰ ਆਪਾਂ ਫੇਰ ਕਿਸੇ ਵਿਸ਼ੇ ਤੇ ਗੱਲਬਾਤ ਕਰਾਂਗੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ you <music>